ਜਗਤਾਰ ਸਿੰਘ ਪੁਰੇ ਡਿਸਟ੍ਰਿਕਟ ਜਮਨਾਲ ਹਰਿਆਣਾ ਇੰਡੀਆ। ਇਸ ਸਮੇਂ ਮੈਂ ਆਪਕੋ ਚੈਨਲ ਨੇਚਰ ਅਰੋੜਾਸ ਕੇ ਲੀਏ ਪੇਸ਼ ਕਰ ਰਹਾ ਹੂੰ। ਇੱਕ ਸਿੱਖ ਧਾਰਮਿਕ ਪ੍ਰੋਗਰਾਮ ਹੈ। ਯਹਾਂ ਪੇ ਹਮਾਰੇ ਰਿਸ਼ਤੇਦਾਰ ਕੀ ਡੈਥ ਹੋਈ ਥੀ, ਸਰਦਾਰ ਚਰਨਜੀਤ ਸਿੰਘ ਜੀ। ਮੈਂ ਇਸ ਟਾਈਮ ਚਿੱਠਾ ਜੰਮੂ ਮੇਂ ਹੂੰ ਔਰ ਯੇ ਭੋਗ ਪੜ ਰਿਹਾ ਹੈ ਉਨਕੇ ਡੈਥ ਕੇ ਬਾਰੇ ਮੈਂ। ਲੇਕਿਨ ਯਹਾਂ ਜੋ ਮੈਂ ਅਜੀਬ ਬਾਤ ਦੇਖ ਰਹਾ ਹੂੰ ਵੋ ਹਮਾਰੇ ਵਹਾਂ ਪੇ ਹਰਿਆਣਾ ਮੈਂ ਕਰਤੇ ਹੈ ਫੋਟੋ ਰੱਖਦੇ ਥੇ ਆਗੇ। ਯਹਾਂ ਪੇ ਗੁਰਮਤ ਅਨੁਸਾਰ ਬਿਲਕੁਲ ਚੱਲ ਰਿਹਾ ਪ੍ਰੋਗਰਾਮ, ਕੋਈ ਫੋਟੋ ਵਗੈਰਾ ਇਹਨਾਂ ਨੂੰ ਰੱਖੀ ਹੋਈ ਨਹੀਂ। ਮੈਂ ਅਭੀ ਆਪਕੋ ਅੰਦਰ ਲੈ ਕੇ ਚਲਤਾ ਹੂੰ ਔਰ ਸਾਰਾ ਯਹ ਦ੍ਰਿਸ਼ ਦਿਖਾਤਾ ਹੂੰ। ਮੈਂ ਬਹੁਤ ਹੈਰਾਨ ਹੂੰ ਇਸ ਬਾਤ ਸੇ ਕਿ ਹਮਾਰੇ ਲੋਕ ਆਗੇ ਮ੍ਰਿਤ ਕੀ ਫੋਟੋ ਰੱਖ ਦਿੱਤੇ ਹੈ ਲੇਕਿਨ ਯਹਾਂ ਵੋ ਪ੍ਰੋਗਰਾਮ ਨਹੀਂ ਹੈ। ਬਹੁਤ ਸੁੰਦਰ ਅੱਛਾ ਚੱਲ ਰਿਹਾ, ਮੈਂ ਆਪਕੋ ਅੰਦਰ ਲੈ ਕੇ ਚਲਤਾ ਹੂੰ ਔਰ ਦੇਖੀਏ ਯਹ ਗੁਰਮਤ ਕੇ ਅਨੁਸਾਰ ਚੱਲ ਰਿਹਾ ਪ੍ਰੋਗਰਾਮ। ਮੈਂ ਬਹੁਤ ਪ੍ਰਭਾਵਿਤ ਹੋਇਆ ਇਸ ਦੇ ਬਾਅਦ ਕਿ ਸਾਰਾ ਹੀ ਪ੍ਰੋਗਰਾਮ ਗੁਰਮਤ ਅਨੁਸਾਰ ਹੈ, ਕੋਈ ਅਡੰਬਰ ਫੋਟੋ ਵਗੈਰਾ ਜਾਂ ਪ੍ਰੋਗਰਾਮ ਨਹੀਂ ਹੈ। ਮਨੋਹਰ ਕੀਰਤਨ ਚੱਲ ਰਿਹਾ ਜਾਂ ਦੇਖੀਏ ਬਤਾਉਣੇ ਵਾਲਾ ਹੂੰ। ਯਹ ਦੇਖੀਏ ਇਸਕੇ ਆਗੇ ਕੋਈ ਫੋਟੋ ਨਹੀਂ ਹੈ। ਹਮਾਰੇ ਹਰਿਆਣੇ ਕੇ ਲੋਕ ਜੋ ਹੈ ਵੋ ਫੋਟੋ ਵਗੈਰਾ ਰੱਖਤੇ ਹੈ। ਯਹਾਂ ਮ੍ਰਿਤ ਕੀ ਫੋਟੋ ਨਹੀਂ ਹੈ, ਬਿਲਕੁਲ ਸਪਸ਼ਟ ਦੇਖ ਲੀਜੀਏ ਆਪ, ਬਿਲਕੁਲ ਗੁਰਮਤ ਕੇ ਅਨੁਸਾਰ ਸਾਰਾ ਕੰਮ ਚੱਲ ਰਿਹਾ। ਧੰਨਵਾਦ।